ਆ ਦੇਖੋ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਦੱਸਦੇ ਕਿ ਵੱਡੇ ਕੰਟੇਨਰ ਅਤੇ ਕੈਂਟਰ ਦੀ ਭਿਆਨਕ ਟੱਕਰ ਹੋਈ ਹੈ, ਜਿਸ ਮੌਕੇ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜ਼ਖਮੀਆਂ ਨੂੰ ਤੁਰੰਤ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਐਕਸੀਡੈਂਟ ਇੰਨਾ ਭਿਆਨਕ ਸੀ ਕਿ ਆਵਾਜਾਈ ਠੱਪ ਹੋ ਗਈ, ਲੰਮਾ ਲੰਮਾ ਜਾਮ ਲੱਗ ਪਿਆ। ਪੁਲਿਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ, ਹਾਲਾਤਾਂ ਦਾ ਜਾਇਜ਼ਾ ਲਿਆ ਔਰ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੂਜੇ ਬੰਨੇ JCB ਦਾ ਪ੍ਰਬੰਧ ਕੀਤਾ, ਫਿਰ ਕਿਤੇ ਜਾ ਕੇ ਇਹਨਾਂ ਦੋਵੇਂ ਵਾਹਨਾਂ ਨੂੰ ਸਾਈਟ 'ਤੇ ਕੀਤਾ, ਆਵਾਜਾਈ ਬਹਾਲ ਕੀਤੀ ਗਈ। ਤਾਂ ਇਹ ਹਾਦਸਾ ਫਗਵਾੜਾ ਜਲੰਧਰ ਹਾਈਵੇ 'ਤੇ ਹੋਇਆ। ਦੋਵੇਂ ਵਾਹਨ ਫਗਵਾੜਾ ਤੋਂ ਜਲੰਧਰ ਵੱਲ ਜਾ ਰਹੇ ਸੀ ਜਦੋਂ ਇਹਨਾਂ ਦੀ ਭਿਆਨਕ ਟੱਕਰ ਹੋਈ ਹੈ। ਦੱਸਦੀਏ ਕਿ ਦੋਵੇਂ ਵਾਹਨ ਬੁਰੇ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਚੁੱਕੇ ਨੇ, ਇੱਕ ਕੰਟੇਨਰ ਅਤੇ ਦੂਜਾ ਕੈਂਟਰ। ਤਾਂ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਹੋਇਆ, ਇਹ ਜਾਂਚ ਦਾ ਵਿਸ਼ਾ। ਪੁਲਿਸ ਵਾਲੇ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਲੱਗੇ ਹੋਏ ਨੇ। ਪੂਰਾ ਰੋਡ ਬਲੌਕ ਹੋ ਚੁੱਕਿਆ ਸੀ, ਉਸ ਤੋਂ ਬਾਅਦ JCB ਦੇ ਨਾਲ ਇਹਨਾਂ ਵਾਹਨਾਂ ਨੂੰ ਇੱਕ ਸਾਈਡ 'ਤੇ ਕੀਤਾ, ਆਵਾਜਾਈ ਬਹਾਲ ਕੀਤੀ ਗਈ। ਤਾਂ ਇਹ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਨੇ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਫਗਵਾੜਾ ਜਲੰਧਰ ਹਾਈਵੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਵੱਡੇ ਕੰਟੇਨਰ ਅਤੇ ਕੈਂਟਰ ਦੇ ਵਿੱਚ ਭਿਆਨਕ ਟੱਕਰ ਹੋਈ ਹੈ। ਮੇਰਾ ਪੁਲ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ, ਅਤੇ ਜੋ ਵੀ ਬੰਦੇ ਕੱਢੇ ਸਾਨੂੰ ਬਾਅਦ 'ਚ ਗਲਤੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਅਸੀਂ 5 ਮਿੰਟ 'ਚ ਆ ਗਏ। ਬੰਦੇ ਠੀਕ ਠਾਕ ਆ ਸਰ? ਬੰਦਿਆਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਜੀ ਕਿੱਥੇ ਦੇ ਆ, ਕਿੱਥੋਂ ਕਿੱਥੇ ਹੋਇਆ, ਕੋਈ ਪਤਾ ਨਹੀਂ ਲੱਗਾ। ਕਿਸ ਕਿਸ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ? ਕਿਹੜੀ ਕਿਹੜੀ ਚੀਜ਼ 'ਚ ਐਕਸੀਡੈਂਟ ਹੋਇਆ? ਇੱਕ ਕੰਟੇਨਰ ਆ, ਇੱਕ ਪਤਾ ਨਹੀਂ ਆ, ਇੱਕ ਦੋਨੇ ਹੀ ਹੈਗੇ ਆ, ਇੱਕ ਟਾਟਾ ਵਾਲਿਆਂ ਦਾ ਜੀ, ਨਗਰ ਵਾਲਿਆਂ ਦਾ ਕੋਈ ਗੱਡੀ ਹੈਗੀ ਹੈ, ਕੀ ਕਹਿੰਦੇ ਆ, ਮਗਰੋਂ ਆ ਰਿਹਾ। ਕੁਛ ਪਤਾ ਨੀ ਚੱਲਾ ਜ਼ਖਮੀ ਜਾਂ ਕੋਈ? ਨਹੀਂ, ਹਜੇ ਤੱਕ ਨੀ ਪਤਾ ਲੱਗਾ। ਆਹ ਦੇਖੋ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨਾਂ ਦੇ ਪਰਖੱਚੇ ਉੱਡ ਗਏ। ਦੱਸਦੀਏ ਕਿ ਵੱਡੇ ਕੰਟੇਨਰ ਅਤੇ ਕੈਂਟਰ ਦੀ ਭਿਆਨਕ ਟੱਕਰ ਹੋਈ ਹੈ, ਜਿਸ ਮੌਕੇ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜ਼ਖਮੀਆਂ ਨੂੰ ਤੁਰੰਤ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਐਕਸੀਡੈਂਟ ਇੰਨਾ ਭਿਆਨਕ ਸੀ ਕਿ ਆਵਾਜਾਈ ਠੱਪ ਹੋ ਗਈ, ਲੰਮਾ ਲੰਮਾ ਜਾਮ ਲੱਗ ਪਿਆ। ਪੁਲਿਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ, ਹਾਲਾਤਾਂ ਦਾ ਜਾਇਜ਼ਾ ਲਿਆ ਔਰ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੂਜੇ ਬੰਨੇ JCB ਦਾ ਪ੍ਰਬੰਧ ਕੀਤਾ, ਫਿਰ ਕਿਤੇ ਜਾ ਕੇ ਇਹਨਾਂ ਦੋਵੇਂ ਵਾਹਨਾਂ ਨੂੰ ਸਾਈਟ 'ਤੇ ਕੀਤਾ, ਆਵਾਜਾਈ ਬਹਾਲ ਕੀਤੀ ਗਈ। ਤਾਂ ਇਹ ਹਾਦਸਾ ਫਗਵਾੜਾ ਜਲੰਧਰ ਹਾਈਵੇ 'ਤੇ ਹੋਇਆ। ਦੋਵੇਂ ਵਾਹਨ ਫਗਵਾੜਾ ਤੋਂ ਜਲੰਧਰ ਵੱਲ ਜਾ ਰਹੇ ਸੀ ਜਦੋਂ ਇਹਨਾਂ ਦੀ ਭਿਆਨਕ ਟੱਕਰ ਹੋਈ ਹੈ। ਦੱਸਦੀਏ ਕਿ ਦੋਵੇਂ ਵਾਹਨ ਬੁਰੇ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਚੁੱਕੇ ਨੇ, ਇੱਕ ਕੰਟੇਨਰ ਅਤੇ ਦੂਜਾ ਕੈਂਟਰ। ਤਾਂ ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਕਿਸ ਦੀ ਗਲਤੀ ਦੇ ਨਾਲ ਇਹ ਹਾਦਸਾ ਹੋਇਆ, ਇਹ ਜਾਂਚ ਦਾ ਵਿਸ਼ਾ। ਪੁਲਿਸ ਵਾਲੇ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਪੜਤਾਲ ਦੇ ਵਿੱਚ ਲੱਗੇ ਹੋਏ ਨੇ। ਪੂਰਾ ਰੋਡ ਬਲੌਕ ਹੋ ਚੁੱਕਿਆ ਸੀ, ਉਸ ਤੋਂ ਬਾਅਦ JCB ਦੇ ਨਾਲ ਇਹਨਾਂ ਵਾਹਨਾਂ ਨੂੰ ਇੱਕ ਸਾਈਡ 'ਤੇ ਕੀਤਾ, ਆਵਾਜਾਈ ਬਹਾਲ ਕੀਤੀ ਗਈ। ਤਾਂ ਇਹ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ ਨੇ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਫਗਵਾੜਾ ਜਲੰਧਰ ਹਾਈਵੇ ਦੀਆਂ ਇਹ ਤਸਵੀਰਾਂ ਨੇ,
ਜਿੱਥੇ ਵੱਡੇ ਕੰਟੇਨਰ ਅਤੇ ਕੈਂਟਰ ਦੇ ਵਿੱਚ ਭਿਆਨਕ ਟੱਕਰ ਹੋਈ ਹੈ। ਮੇਟਾ ਪੁਲ ਦੇ ਉੱਪਰ ਸਾਡੇ ਆਉਣ ਤੋਂ ਪਹਿਲਾਂ ਹੀ ਗਲਤੀ ਹੋਇਆ ਸੀਗਾ ਅਤੇ ਜੋ ਵੀ ਬੰਦੇ ਕੱਢੇ ਸਾਨੂੰ ਬਾਅਦ 'ਚ ਗਲਤੀ ਇਨਫੋਰਮੇਸ਼ਨ ਜਦੋਂ ਪਹੁੰਚੀ ਤਾਂ ਅਸੀਂ 5 ਮਿੰਟ 'ਚ ਆ ਗਏ। ਬੰਦੇ ਠੀਕ ਠਾਕ ਆ ਸਰ? ਬੰਦਿਆਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਜੀ। ਕਿੱਥੇ ਦੇ ਆ, ਕਿੱਥੋਂ ਕਿੱਥੇ ਹੋਇਆ? ਕੋਈ ਪਤਾ ਨਹੀਂ ਲੱਗਾ। ਕਿਸ ਕਿਸ ਚੀਜ਼ ਦੇ ਵਿੱਚ ਹੋਇਆ ਜੀ ਐਕਸੀਡੈਂਟ? ਕਿਹੜੀ ਕਿਹੜੀ ਚੀਜ਼ 'ਚ ਐਕਸੀਡੈਂਟ ਹੋਇਆ? ਇੱਕ ਕੰਟੇਨਰ ਆ, ਇੱਕ ਬੈਗ, ਪਤਾ ਨਹੀਂ ਆ, ਇੱਕ ਦੋਨੇ ਹੀ ਹੈਗੇ ਆ, ਇੱਕ ਟਾਟਾ ਵਾਲਿਆਂ ਦਾ ਜੀ, ਨਗਰ ਵਾਲਿਆਂ ਦਾ, ਕੋਈ ਗੱਡੀ ਵੱਜੀ ਇਹਨੂੰ ਕੀ ਕਹਿੰਦੇ ਆ, ਕੁਛ ਪਤਾ ਨੀ ਚੱਲਾ ਜ਼ਖਮੀ ਜਾਂ ਕੋਈ? ਨਹੀਂ ਪਤਾ।